जेकर तुसीने साडी यूट्यूब चैनल नू सबसक्राइब नहीं किया तो सबसक्राइब कर लो ते नाल वाले घंटी वाले बटन नू दबा के आल ते सैट कर लो। ਹੁਣ ਲੱਗੀ ਆ ਦੜਵੇ ਦਾ ਖੁਸ਼ੀ ਸਾਡੇ ਨਾਲ ਆ ਇੱਕ ਟੀਮ ਦਾ ਜੱਗਾ ਚਿੱਟੀ ਵਾਲਾ ਬੇਰੀਆ ਦੇ ਲਈ ਖੁਸ਼ੀ ਪਹਿਲਾਂ ਤਾਂ ਵੈਲਕਮ ਆ ਲਾਈਵ ਕਬੱਡੀ ਤੇ ਜੀ ਆਇਆਂ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਲਾਈਵ ਕਬੱਡੀ ਦੇਖ ਰਿਹਾ ਨੂੰ ਤੇ ਥੈਂਕ ਯੂ ਲਾਈਵ ਕਬੱਡੀ ਦਾ ਜਿਹੜੇ ਸਾਡੀ ਕਬੱਡੀ ਨੂੰ ਲਾਈਵ ਕਰ ਰਿਹਾ ਪਹਿਲਾਂ ਤਾਂ ਆਹ ਮੈਚ ਦਾ ਕਈ ਸਾਲਾਂ ਤੋਂ ਕਈ ਚਿਰਾਂ ਤੋਂ ਦਰਸ਼ਕਾਂ ਨੂੰ ਉਡੀਕ ਸੀ ਵੀ ਕਦੋਂ ਐਨ ਪੇਪਰ ਤੇ ਵੀ ਟੀਮਾਂ ਬੈਲੈਂਸ ਹੋਣ ਗਰਾਊਂਡ 'ਚ ਵੀ ਬੈਲੈਂਸ ਹੋਣ ਤੇ ਕੀ ਲੱਗਦਾ ਅੱਜ ਕਿਹੋ ਜਿਹਾ ਮੈਚ ਹੋਣ ਦੀ ਉਮੀਦ ਆ ਲੋਕ ਜਿਹੜੇ ਦਰਸ਼ਕ ਕਬੱਡੀ ਦੇਖਣ ਆਉਂਦੇ ਨਾ ਉਹਨਾਂ ਨੂੰ ਹਮੇਸ਼ਾ ਹੀ ਆਸ ਹੁੰਦੀ ਹੈ ਵੀ ਵਧੀਆ ਕਬੱਡੀ ਹੋਵੇ ਅਤੇ ਵਧੀਆ ਉਹਨਾਂ ਨੂੰ ਦੇਖਣ ਨੂੰ ਮਿਲੇ ਅਤੇ ਪਲੇਅਰਾਂ ਨੂੰ ਵੀ ਇੱਦਾਂ ਹੁੰਦਾ ਵੀ ਉਹ ਵਧੀਆ ਕਬੱਡੀ ਖੇਡਣ ਅਤੇ ਦਰਸ਼ਕਾਂ ਦੇ ਦਿਲ ਜਿੱਤਣ ਅਤੇ ਹੈ ਨਾ ਵੀ ਆਪਦੀ ਮਿਹਨਤ ਦਾ ਆਪਦਾ ਉਹ ਪ੍ਰਦਰਸ਼ਨ ਕਰਨ ਹੈ ਨਾ ਅਤੇ ਜਦੋਂ ਇੱਦਾਂ ਦੇ ਮੈਚ ਹੁੰਦੇ ਆ ਫਿਰ ਆਹ ਦੇਖ ਲਓ ਦਰਸ਼ਕ ਵੀ ਪੱਬਾਂ ਭਾਰ ਹੁਣ ਲੈਣ ਵੀ ਨਹੀਂ ਛੱਡ ਰਹੇ ਅਤੇ ਵਧੀਆ ਮੈਚ ਲੱਗੂਗਾ ਦੋਵੇਂ ਟੀਮਾਂ ਬਾਬੇ ਦੀ ਮਿਹਰ ਨਾਲ ਉਹਦਾ ਨੱਕੇ ਦੀ ਸੂਈ ਵਿੱਚ ਦੀ ਲੰਘਣ ਵਾਲਾ ਕੰਮ ਹੋਊਗਾ ਜੱਗੇ ਬਾਈ ਪਹਿਲਾਂ ਤਾਂ ਅਮਰੀਕਾ ਦੇ ਸੀਜ਼ਨ ਦਾ ਤੁਹਾਡੀ ਜ਼ਿੰਦਗੀ ਦਾ ਦੂਜਾ ਹੀ ਮੈਚ ਆ ਅਤੇ ਉੱਧਰੋਂ ਐਨ ਪਟਾਕੇਦਾਰ ਮੈਚ ਲੱਗਦਾ ਹੋਊਗਾ ਨਾ ਥੈਂਕ ਯੂ ਭਾਈ ਤੁਸੀਂ ਲਾਈਵ ਕਰਦੇ ਕਬੱਡੀ ਨੂੰ ਸਾਰੇ ਘਰਾਂ ਘਰੀ ਦਿਖਾਉਂਦੇ ਹਾਂ ਪਹਿਲਾਂ ਤਾਂ ਥੈਂਕ ਯੂ ਐਂਡ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਅਤੇ ਮੈਚ ਭਾਅ ਜੀ ਪੂਰਾ ਟਫ ਹੋਣਾ ਦੋਨੇ ਟੀਮਾਂ ਬੈਲੈਂਸ ਆ ਉਹ ਵੀ ਪੂਰੀ ਟੀਮ ਬੈਲੈਂਸ ਆ ਅਤੇ ਆਪਣੀ ਵੀ ਬੈਲੈਂਸ ਆ ਪੂਰਾ ਵਧੀਆ ਮੈਚ ਹੋਣਾ ਲੋਕਾਂ ਨੂੰ ਪੂਰਾ ਸਵਾਦ ਆਊਗਾ ਇਹੋ ਹੀ ਵਿਚਾਰੇ ਸਵੇਰ ਦੇ ਧੁੱਪੇ ਬੈਠੇ ਆ ਸੁੱਕਣਾ ਤਾਂ ਗਰਮੀ ਵੀ ਬਹੁਤ ਆ ਯਾ ਅਤੇ ਪੂਰਾ ਸਵਾਦ ਖੁਸ਼ੀ ਨੇੜੇ ਹੀ ਆ ਕੋਈ ਕੋਈ ਬਾਹਰ ਕਰਕੇ ਆਏ ਰਹਿ ਕੋਈ ਘੁੰਡੀ ਕੋਈ ਦੱਸਣੀ ਚਾਹੁੰਦੇ ਆ ਕੀ ਕੀ ਰਹਿ ਹੋਈ ਆ ਬਾਹਰ ਬਾਹਰ ਤਾਂ ਕੋਈ ਰਹਿ ਨਹੀਂ ਵੀਰੇ ਜ਼ੋਰ ਮਾਰਾਂਗੇ ਹੋਰ ਵੀ ਹਾਂ ਜ਼ੋਰ ਮਾਰੋ ਬਾਕੀ ਰੱਬ ਦੇ ਹੱਥ ਜਿੱਤ ਹਰ ਆਰਗੇਨਾਈਜ਼ਰਾਂ ਨੂੰ ਹੁੰਦਾ ਯਾਰ ਵੀ ਸਾਡੀ ਟੀਮ ਜਿੱਤ ਜੇ ਕੀ ਕਹਿੰਦੇ ਵੀ ਜਿੱਤਣਾ ਅੱਜ ਜ਼ਰੂਰੀ ਆ ਨਹੀਂ ਨਹੀਂ ਉਹ ਤਾਂ ਹਰੇਕ ਨੂੰ ਹੁੰਦਾ ਹੁਣ ਉਹਨਾਂ ਨੇ ਪੈਸਾ ਖਰਚਿਆ ਆ ਪਲੇਅਰ ਸੱਦੇ ਆ ਉਹਨਾਂ ਨੂੰ ਹੁੰਦਾ ਵੀ ਅਸੀਂ ਫਸਟ ਚੱਕੀਏ ਇਹਨਾਂ ਦੇ ਆਉਣ ਹੋਣਾ ਵੀ ਅਸੀਂ ਫਸਟ ਚੱਕੀਏ ਅਤੇ ਬਾਕੀ ਚਲੋ ਟੀਮਾਂ ਬੈਲੈਂਸ ਆ ਲੋਕਾਂ ਨੂੰ ਸਵਾਦ ਆਊਗਾ ਜ਼ੋਰ ਮਾਰਾਂਗੇ ਜਦ ਤੱਕ ਰੱਬ ਦੇ ਹੱਥ ਆ ਉਹਨੇ ਲੈ ਕੇ ਦਿੱਤੀ ਜਿਹਦੇ ਹੱਥ ਜਿਹਨੇ ਜਿੱਤਣਾ ਖੁਸ਼ੀ ਇੱਕ ਕਿੱਟ ਬੜੀ ਵਧੀਆ ਬੇਰੀਆ ਦੀ ਤਾਂ ਹਮੇਸ਼ਾ ਹੀ ਸੋਹਣੀ ਹੁੰਦੀ ਆ ਫਤਿਹ ਨੇ ਵੀ ਬੜੀ ਸੋਹਣੀ ਕਿੱਟ ਲੱਗਦੀ ਹੈ ਨਾ ਵਧੀਆ ਨਹੀਂ ਬਹੁਤ ਸੋਹਣੀ ਲੱਗਦੀ ਹੈ ਜੀ ਸਾਡੇ ਸ਼ਹੀਦਾਂ ਨੂੰ ਅਤੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਆ ਅਸੀਂ ਕਬੱਡੀ ਦੇ ਸ਼ਹੀਦ ਨੂੰ ਸਮਰਪਿਤ ਕੀਤੀ ਆ ਸਾਡੀ ਕਿੱਟ ਅਤੇ ਇੱਧਰ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਆ ਦੋਵੇਂ ਟੀਮਾਂ ਜਿੱਦਾਂ ਕਿ ਇਹਦੇ ਸ਼ਹੀਦਾਂ ਦੇ ਨਾਮਾਂ 'ਤੇ ਬਣੀਆਂ ਹੋਈਆਂ ਕਬੱਡੀ ਸ਼ਹੀਦ ਨੰਗਲੰਬੀਆਂ ਦੇ ਨਾਂ 'ਤੇ ਅਤੇ ਇੱਧਰੋਂ ਬਾਬਾ ਫਤਿਹ ਸਿੰਘ ਕਬੱਡੀ ਕਲੱਬ ਬਾਬਾ ਦੀਪ ਸਿੰਘ ਕਬੱਡੀ ਕਲੱਬ ਜਿਹੜੇ ਦਰਸ਼ਕ ਦੇਖ ਰਹੇ ਆ ਕੀ ਕਹਿਣਾ ਉਹ ਕਿੰਨਾ ਕੁ ਫਰਕ ਹੋਊਗਾ ਮੈਚ ਦਾ ਉਨੀ ਕੀ ਇੱਕ ਅੱਧੇ ਜੱਫੇ ਦੇ ਜਾਤਾ ਰੋਲ ਸੂਈ ਦੇ ਨੱਕੇ ਵਿੱਚ ਦੀ ਨਿਕਲੂਗਾ ਜਿਹੜਾ ਵੀ ਨਿਕਲੂਗਾ ਜਿਹੜਾ ਜਿੱਤੂਗਾ ਉਹ ਵੀ ਸੂਈ ਦੇ ਨੱਕੇ ਰਾਹੀਂ ਨਿਕਲੂਗਾ ਜਿਹੜਾ ਹਾਰੂਗਾ ਉਹ ਵੀ ਸੂਈ ਦੇ ਨੱਕੇ ਰਾਹੀਂ ਨਿਕਲੂਗਾ ਤੇ ਵਧੀਆ ਮੁਕਾਬਲਾ ਹੋਊ ਦਰਸ਼ਕਾਂ ਨੂੰ ਵਧੀਆ ਕਬੱਡੀ ਦੇਖਣ ਨੂੰ ਮਿਲੂਗੀ ਗੁੱਡ ਲੱਕ ਥੈਂਕ ਯੂ ਗੁੱਡ ਲੱਕ ਸ਼ੁਭ ਸ਼ਾਮ ਦੋਸਤੋ ਦੋਨੋਂ ਖਿਡਾਰੀ ਦੋਨੋਂ ਟੀਮਾਂ ਦੇ ਐਨ ਤਿਆਰ ਬਾਰ ਤਿਆਰ ਆ ਦਿਖਾਉਣੇ ਆ ਵੀ ਗਰਾਊਂਡ ਦੇ ਵਿੱਚ ਕਿਹੜੇ ਕਿਹੜੇ ਖਿਡਾਰੀ ਪੁੱਜ ਗਏ ਆ ਕਿਹੜੀ ਕਿਹੜੀ ਟੀਮ ਤੇ ਖੇਡਣ ਦੇ ਲਈ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਬੇਰੀਆ ਵਰਸਿਸ ਫਤਿਹ ਸਪੋਰਟਸ ਕਲੱਬ ਕੈਲੀਫੋਰਨੀਆ